ਬੰਦੇ ਬਾਈ ਜੀਰੋ ਨੇ ਅਸਲ ਤਾਂ ਐਸੀ ਬਾਈ ਚਾਰੇ ਨੂੰ ਕਹਿੰਦੇ ਗਏ ਇਹਨਾਂ ਦੇ ਘੇਰ ਕਹਿੰਦੇ ਡਾਂਗਾਂ ਲਾਓ ਇਹਨਾਂ ਦੀਆਂ ਬੱਖੀਆਂ ਭੰਨੋ ਭੈਣ ਚੋਦਾਂ ਦੀਆਂ ਹੈ ਬਣਾਉਂਦੇ ਨੇ ਇਹ ਸਰਟੀਫਿਕੇਟ ਕੱਲ ਨੂੰ ਬਾਈ ਇਹ ਕੁਝ ਹੋਰ ਕਰਨਗੇ ਹੈ ਉਹੀ ਗੱਲ ਹੈ ਕਿ ਮੁੰਡਾ ਗਾਣਿਆਂ 'ਚ ਜੱਟ ਜੱਟ ਕਰਦਾ ਰਹਿੰਦਾ ਬਕਲਾਵੇ ਦੇ ਜੱਟ ਹੋ ਤੁਸੀਂ ਭੈਣ ਦੇ ਯਾਰੋ ਜੱਟਾਂ 'ਤੇ ਵੀ ਦਾਗ ਲਾਉਂਦੇ ਹੋਗੇ ਇਹ ਪਹਿਲਾਂ ਵਿਆਹ 'ਚ ਥੱਪੜ ਖਾਂਦਾ ਖਾਂਦਾ ਆਇਆ ਗਾ ਉੱਥੇ ਅਗਲੇ 'ਤੇ ਇਲਜ਼ਾਮ ਲਾਤਾ ਇਹਨਾਂ ਨੇ ਖੇਟਾਂ 'ਚ ਐਡਾ ਤੇਰਾ ਪੁੱਤ ਕਲਾਕਾਰ ਹੈ ਭੈਣ ਚੋਦ ਨੌਕਰੀ ਨੂੰ ਛੱਡਦਾ ਹੁੰਦਾ ਕੀ ਧਾਰਾਂ ਲੈਣੀਆਂ ਦਿੱਤਾ ਹੁਣ ਵੀ ਫਸੇਗਾ ਹੁਣ ਨਾਲੇ ਜੇਲ੍ਹ ਕੱਟ ਕੇ ਆਏਗਾ ਹੁਣ ਚੰਗਾ ਰਹੇਗਾ ਤੂਤ ਸੁਣ ਲਓ ਅੰਮ੍ਰਿਤ ਮਾਨ ਦੀ ਗੋਨਿਆਂ ਵਾਲਿਆ ਅੰਮ੍ਰਿਤ ਮਾਨ ਕਹਿੰਦਾ ਨੇਚਰ ਮੁੱਟ ਤੋਂ ਰਿਹਾ ਕਲੇਸੀ ਕਾਲੂ ਸ਼ਹਿਰ ਬਠਿੰਡੇ ਪੇਸੀ ਅਤੇ ਮੁੰਡਾ ਜੱਟ ਅਤੇ ਭਾਪਾ ਐਸੀ ਨੀ ਬੰਬੀਹਾ ਬੋਲੇ ਇਹ ਭੈਣ ਦੇ ਜੇਠਾਂ ਨੇ ਯਾਰ ਦੇਖੋ ਕੀ ਗੰਦ ਪਾਇਆ ਗਿਆ ਅੰਮ੍ਰਿਤ ਮਾਨ ਦਾ ਪੈਓ ਹੈਗਾ ਵਾਧੂ ਪੈਸਾ ਹੈ ਪੈਸੇ ਕਣੀਓ ਕੋਈ ਘਾਟ ਨਹੀਂ ਹੈ ਐਸੀ ਐਸੀਆਂ ਦੇ ਸਰਟੀਫਿਕੇਟ ਬਣਾਉਂਦੇ ਫਿਰਦੇ ਨੇ ਇਹ ਚੱਲ ਗੱਲ ਤਾਂ ਪੁਰਾਣੀ ਹੈ ਚਾਹੀਦੀ ਗੱਲ ਪੁਰਾਣੀ ਹੈ ਜੇ ਐਡੀ ਗੱਲ ਸੀਗੀ ਜਦੋਂ ਗਲਤੀ ਹੋਈ ਤੀ ਸਰਟੀਫਿਕੇਟ ਆਪਾਂ ਅੰਮ੍ਰਿਤ ਮਾਨ ਨੂੰ ਹੁਣ ਆਪਾਂ ਮੇਰੇ 100 ਥਾਵੇਂ ਸਰਟੀਫਿਕੇਟ ਲੱਗਦੇ ਨੇ ਮੇਰਾ ਮੇਰੇ ਪਿਓ ਅਤੇ ਮੇਰੀ ਮਾਂ ਦਾ ਹੁਣ ਸਾਰੇ ਕਿਤੇ ਨਾਮ ਲਿਖਿਆ ਜਾਂਦਾ ਉੱਥੇ ਜਰਨਲ ਆਧਾਰ ਕਾਰਡ ਅਤੇ ਹੋਰ 100 ਥਾਵੇਂ ਲੱਗਦੇ ਨੇ ਸਰਟੀ ਅੱਛਾ ਇਹਨੂੰ ਕੀ ਪਤਾ ਨਹੀਂ ਸੀਗਾ ਇਹ ਕੀ ਛੜਾ ਨਹੀਂ ਸਕਦਾ ਸੀਗਾ ਅਸਲ ਤਾਂ ਬੱਚੇ ਉਨੇ ਹੀ ਭਾਗੀਦਾਰ ਇਹ ਇਹਨੇ ਡਾਂਗ ਫੇਰੋ ਯਾਰ ਆਪਾਂ ਤਾਂ ਸਿੱਧੀ ਗੱਲ ਕਹਿੰਦੇ ਹਾਂਗੇ ਠੀਕ ਹੈ ਓਕੇ ਬਾਏ ਐਸੀ ਭਾਈਚਾਰਾ ਇਕੱਠਾ ਹੋ ਕੇ ਇਹਦੇ ਅੰਦਰ ਡਾਂਗ ਫੇਰੋ ਇਹਨਾਂ ਨੂੰ ਤਾਂ ਬਣਾਓ ਭੈਣ ਚੋਦਾਂ ਨੂੰ ਨਕਲੀ ਜੱਟ ਓਕੇ ਬਾਈ ਬਾਈ ਇਹ ਗੱਲਾਂ ਨਾਲੇ ਯਾਰ ਤੁਸੀਂ ਨੇ ਐਸੀ ਭਾਈਚਾਰੇ ਦੀ ਇਹ ਨੌਕਰੀ ਜਿਹੜੀ ਲਈ ਹੈ ਇਹ ਕਿਸੇ ਗਰੀਬ ਨੂੰ ਮਿਲਦੀ ਹੈ ਕਿਸੇ ਗਰੀਬ ਨੂੰ ਮਿਲਦੀ ਵਿਚਾਰਾ ਰੋਟੀ ਲੱਗਿਆਂ ਦਾ ਅਤੇ ਕੰਜਰ ਦੇ ਦਿਓ ਤੁਸੀਂ ਜਾਲੀ ਸਰਟੀਫਿਕੇਟ ਬਣਾ ਬਣਾ ਕੇ ਇੱਕ ਮੋਹਾਲੀ 'ਚ ਧਰਨਾ ਲੱਗ ਰਿਹਾ ਹੈਗਾ ਬਾਈ ਉੱਥੇ ਮਤਲਬ ਹਜ਼ਾਰਾਂ ਦੀ ਗਿਣਤੀ 'ਚ ਆਪਣੇ ਜਰਨਲ ਭਾਈਚਾਰੇ ਨੇ ਐਸੀਆਂ ਦੇ ਸਰਟੀਫਿਕੇਟ ਬਣਾ ਕੇ ਨੌਕਰੀਆਂ ਲੈ ਲਈਆਂ ਉੱਥੇ ਧਰਨਾ ਲੱਗ ਰਿਹਾ ਬਾਈ ਆਪਾਂ ਵੀ ਜਰਨਲ ਕੈਟਾਗਰੀ ਹੋਈ ਜਾਂ ਪਰ ਇਹ ਗੱਲ ਗਲਤ ਹੈ ਜਮ੍ਹਾਂ ਗਲਤ ਹੈ ਇਹਦਾ ਯਾਰ ਬੰਦੇ ਹੁਣ ਐਸੀ ਭਾਈਚਾਰਾ ਆਪਣਾ ਮਤਲਬ ਵੀ ਰੋਟੀ ਡੁੱਕਦਾ ਯਾਰ ਮਸਾਂ ਪ੍ਰਬੰਧ ਹੁੰਦਾ ਵਿਚਾਰੇ ਦਿਹਾੜੀਆਂ ਕਰਦੇ ਨੇਗੇ ਇਹ ਜੱਟ ਨੇ ਜਿਹੜੇ ਮਤਲਬ ਇਹੋ ਜਿਹੇ ਕੰਮ ਕਰਦੇ ਨੇ ਸਾਰੇ ਨਹੀਂ ਮਾੜੇ ਹੁੰਦੇ ਆਹ ਹੁਣ ਅੰਮ੍ਰਿਤ ਮਾਨ ਦਾ ਪਿਓ ਲਾ ਲਓ ਅਸਲ ਦਾ ਇਹਨਾਂ ਨੇ ਮੂਸੇ ਵਾਲੇ ਦੇ ਨਾਲ ਰਹਿੰਦਾ ਸੀਗਾ ਇਹ ਸਾਰੇ ਅਸਲ ਤਾਂ ਯਾਰ ਧੋਖੇਬਾਜ਼ ਨੇ ਇਹ ਕੰਜਰ ਦੇ ਦਾ ਕਦੇ ਉੱਥੇ ਨਹੀਂ ਗਿਆ ਹੈਗੇ ਆਹ ਕੈਂਡਲ ਕੁੰਡਲ ਮਾਰਚ 'ਚ ਅਤੇ ਬੰਦੇ ਇਹ ਧੋਖੇਬਾਜ਼ ਨੇ ਆਰਨੇ ਤੋਂ ਹੋਇਆ ਉਹ ਬੰਦੇ ਨੇ ਉਹਨੂੰ ਸਿੱਧੂ ਨੂੰ ਧੋਖਾ ਦਿੱਤਾ ਚੱਲ ਉਹ ਗੱਲ ਛੱਡ ਵੀ ਐਸੀ ਭਾਈਚਾਰੇ 'ਤੇ ਤੁਸੀਂ ਇਹ ਗੱਲਾਂ ਕੀ ਕਰਦੇ ਹੋ ਯਾਰ ਵੀ ਤੂੰ ਨੌਕਰੀ ਪਰਾਂ ਜੇ ਤੈਨੂੰ ਐਂ ਦੀਗਾ ਛੱਡਦਾ ਦਾ ਹੈਂ ਬਹੁਤ ਖਰ ਚੰਗੀਆਂ ਗੱਲਾਂ ਨੇ ਬਾਈ ਤੁਹਾਨੂੰ ਸ਼ਾਬਾਸ਼ ਹੈ ਬਹੁਤ ਖਰ ਸ਼ਾਬਾ ਜੇ ਤੁਸੀਂ ਆਪ ਲਾ ਲਓ ਕਹਿੰਦਾ ਗੋਨਿਆਂ ਵਾਲੇ ਜਿਹੜਾ ਸਾਡੇ ਕਹਿੰਦਾ ਯਾਰ ਮੰਤਰੀ ਭੈਣ ਦਾ ਯਾਰ ਤੂੰ ਮੂਸੇਵਾਲੇ ਦੇ ਨਾਲ ਰਹਿੰਦਾ ਸੀਗਾ ਤੂੰ ਉਹਨੂੰ ਤਾਂ ਇਨਸਾਫ ਦਿਵਾਉਂਦਾ ਜੇ ਤੇਰੇ ਨਾਲ ਮੰਤਰੀ ਰਹਿੰਦੇ ਨੇਗੇ ਅੱਡੀਆਂ ਚੱਟ ਬੰਦੇ ਨੇ ਇਹ ਜਿੱਧਰ ਮੇਰੇ ਸਾਲਿਆਂ ਨੂੰ ਖਾਣ ਨੂੰ ਮਿਲਦਾ ਗਾ ਉੱਧਰੇ ਭੱਜੇ ਜਾਂਦੇ ਨੇ ਨਾਲੇ ਸਾਲਿਆਂ ਲਵੇ ਥੋੜ ਨਹੀਂ ਹੈਗੀ ਕੋਈ ਇਹਦਾ ਬੰਦੇ ਹੈ ਤੁਹਾਡਾ ਹੱਕ ਖਾਂਦੇ ਨੇਗੇ ਜਿਹੜੇ ਇਹੋ ਜਿਹੇ ਬੰਦੇ ਨੇ ਇਹਨਾਂ ਨੂੰ ਡਾਂਗਾਂ ਲਾਓ ਐਂ ਨਹੀਂ ਇਹ ਲੋਟ ਆਉਂਦੇ ਹੈਗੇ ਆਪਾਂ ਤਾਂ ਸਿੱਧੀ ਗੱਲ ਕਹਿੰਦੇ ਹਾਂ ਆਹ ਅੰਮ੍ਰਿਤ ਮਾਨ ਹੈ ਜਿਹੜਾ ਵਿੱਚੇ ਇਹਨੂੰ ਲਪੇਟ ਦਿਉ ਆਪਾਂ ਤਾਂ ਗੱਲ ਸਿੱਧੀ ਕਹਿੰਦੇ ਹਾਂਗੇ ਠੀਕ ਹੈ ਭੈਣ ਦੇ ਯਾਰ ਉਹ ਇਹ ਗੱਲਾਂ ਹੁੰਦੀਆਂ ਨੇਗੀਆਂ ਸਰਟੀਫਿਕੇਟ ਬਣਾ ਕੇ ਤੁਸੀਂ ਵੱਡੇ ਹੋ ਜਾਓਗੇ ਭੈਣ ਚੋਦੋ ਗਰੀਬਾਂ ਦਾ ਹੱਕ ਖਾਂਦੇ ਹੋਗੇ ਹੈਂ ਵੱਡੇ ਆਏ ਨੇ ਸਾਲੇ ਉੱਧਰੋਂ ਵਿਚਾਰੇ ਐਸੇ ਭਾਈਚਾਰੇ ਦਾ ਹੱਕ ਖਾ ਗਏ ਤੁਸੀਂ ਕਿਸੇ ਗਰੀਬ ਬੰਦੇ ਨੂੰ ਮਿਲਦੀ ਉਹੀ ਨੌਕਰੀ ਜਿਹੜੀ ਇਹਦਾ ਪਿਓ ਲਈ ਬੈਠੇ ਚੱਲ ਉਸ ਟਾਈਮ 'ਤੇ ਮੈਂ ਜ਼ਰੂਰ ਕਹਿਣਾ ਵੀ ਲੈ ਗਿਆ ਨੌਕਰੀ ਲੈ ਗਿਆ ਜਦੋਂ ਇਹਦਾ ਪੁੱਤ ਸਟਾਰ ਬਣ ਗਿਆ ਵਾਧੂ ਭੈਣ ਚੋਦਾਂ ਦੇ ਪੈਸੇ ਹੋ ਗਏ ਇਹਨਾਂ ਨੂੰ ਪਤਾ ਨਹੀਂ ਸੀਗਾ ਬਈ ਵੀ ਨੌਕਰੀ ਆਪਾਂ ਨੇ ਗਲਤ ਉੱਤੇ ਬਣਾਈ ਹੋਈ ਹੈ ਪਰਾਂ ਛੱਡਦਾਂ ਦਾ ਕੀ ਤੈਨੂੰ ਘਾਟਾ ਪੈਂਦਾ ਸੀ ਪੈਸੇ ਨੂੰ ਮਰਦੇ ਨੇ ਬਈ ਅੱਜ ਕੱਲ੍ਹ ਲੋਕ ਬੁਰਕੇ ਭਰਦੇ ਨੇ ਮੇਰੇ ਸਾਲੇ ਵੀ ਸਾਰੇ ਪਾਸੋਂ ਮਿਲ ਜੇ ਅਸਲ ਤਾਂ ਐਸੀ ਭਾਈਚਾਰਾ ਇਕੱਠਾ ਹੋ ਗਿਆ ਬਈ ਇਹਨਾਂ ਦਾ ਡਾਂਗ ਫਿਰ ਉਹ ਫੇਰ ਲੋਟ ਆਉਣਗੇ ਵਿੱਚ ਅੰਮ੍ਰਿਤ ਮਾਨ ਨੂੰ ਡੇਗ ਲਓ ਫੇਰ ਕੰਮ ਲੋਟ ਆਊਗਾ ਵੀ ਭੈਣ ਦੇ ਯਾਰ ਉਹ ਜਿੰਨੇ ਸਾਰੀ ਉਮਰ ਦੀ ਤਨਖਾਹ ਹੈਗੀ ਤੇਰੀ ਦੇ ਗਰੀਬ ਭਾਈਚਾਰੇ ਨੂੰ ਆਪਾਂ ਤਾਂ ਸਿੱਧੀ ਗੱਲ ਕਹਿੰਦੇ ਹਾਂਗੇ ਠੀਕ ਹੈ ਗੱਲਾਂ ਬਣੀਆਂ ਯਾਰ ਇਹ ਕੋਈ ਭੈਣ ਚੋਦੇ ਦੀਆਂ ਸਾਰੇ ਪਾਸੇ ਇਹਨਾਂ ਨੇ ਗੰਦ ਪਾਰ ਕੇ ਗਏ ਕਦੇ ਉੱਥੇ ਲੜ ਪਿਆ ਕਦੇ ਉੱਥੇ ਲੜ ਪਿਆ ਕਦੇ ਇਹ ਬੰਦਾ ਫੋਟੋ ਖਿਚਾਉਣ ਪਿੱਛੇ ਲੜ ਪਿਆ ਕਦੇ ਕਿਸੇ ਨਾਲ ਅਸਲ ਤਾਂ ਗਾਂਡੂ ਤਾਂ ਉਹਨੇ ਜਿਹੜੇ ਇਹਨਾਂ ਦੇ ਲਵੇ ਜਾਂਦੇ ਨੇ ਗਿਆ ਮੇਰੇ ਸਾਲਿਆਂ ਲਵੇ ਬੰਦਾ ਮੂਸੇਵਾਲਾ ਵੀ ਦੀਗਾ ਕਿੱਡੀ ਚੜ੍ਹਾਈ ਕੇ ਬੰਦੇ ਦੀ ਕਿਸੇ ਨੂੰ ਕੋਈ ਫੋਟੋ ਕਰਾਉਣ ਤੋਂ ਰੋਕ ਨਹੀਂ ਕੋਈ ਹੋਰ ਨਹੀਂ ਹੁਣ ਵੀ ਦੁਨੀਆ ਘਰੇ ਜਾਈ ਜਾਂਦੀ ਹੈਗੀ ਇੱਕ ਇਹ ਭੈਣ ਦੇ ਜੇਠ ਲੈ ਲੱਛਣ ਕੀ ਕਰਦੇ ਨੇਗੇ
सारा पति होगा हूँ अच्छे परिवार च, आपको पता नहीं हूँ। मेरी गल सुना,